ਆਖਿਰਕਾਰ ਪੰਜਾਬ ਸਰਕਾਰ ਬਹੁਤ ਚਰਚਿਤ ਬਿਜਲੀ ਖਰੀਦ ਸਮਝੌਤਿਆਂ ਨੂੰ ਰੱਦ ਕਰਨ ਦੇ ਰਾਹ ਉੱਤੇ ਤੁਰ ਪਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਵਰਕੌਮ ਨੂੰ ਨਿੱਜੀ ਕੰਪਨੀ ਨਾਲ ਕੀਤੇ ਗਏ ਸਾਰੇ ਬਿਜਲੀ ਖਰੀਦ ਸਮਝੌਤਿਆਂ ਦੀ ਜਾਂਚ ਕਰਨ ਜਾਂ ਉਹਨਾਂ ਨੂੰ ਰੱਦ ਕਰਨ ਦੇ ਆਦੇਸ਼ ਦਿੱਤੇ ਹਨ। ਯਾਦ ਰਹੇ ਕਿ ਕਾਂਗਰਸ ਨੇ 2017 ਦੇ ਚੋਣ ਮੈਨੀਫੈਸਟੋ ਵਿੱਚ ਇਹਨਾਂ ਬਿਜਲੀ ਸਮਝੌਤਿਆਂ ਦਾ ਰਿਵਿਊ ਕਰਨ ਦਾ ਵਾਅਦਾ ਸੂਬੇ ਦੀ ਜਨਤਾ ਨਾਲ ਕੀਤਾ ਸੀ। ਅਕਾਲੀ ਭਾਜਪਾ ਸਰਕਾਰ ਸਮੇਂ ਪੰਜਾਬ ਵਿੱਚ ਥਰਮਲ ਹਾਈਡਰੋ ਨਾਲ 12 ਖਰੀਦ ਸਮਝੌਤੇ ਅਤੇ ਸੋਲਰ ਬਾਇਓਮਾਸ ਨਾਲ ਲੰਮੇ ਸਮੇਂ ਦੇ 122 ਸਮਝੌਤੇ ਕੀਤੇ ਗਏ ਸਨ। ਇਹਨਾਂ ਸਮਝੌਤਿਆਂ ਤਹਿਤ ਬਿਜਲੀ ਦੀ ਪੈਦਾਵਾਰ ਨੂੰ ਕਰੀਬ 13,800 ਮੈਗਾਵਾਟ ਕਰਕੇ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਦਾ ਮਕਸਦ ਸੀ। ਜਿਸ ਸਮੇਂ ਸਮਝੌਤੇ ਕੀਤੇ ਗਏ ਉਸ ਸਮੇਂ ਸੂਬੇ ਵਿੱਚ ਅਕਾਲੀ ਬੀਜੇਪੀ ਗੱਠਜੋੜ ਸਰਕਾਰ ਸੀ, ਜਿਸ ਦੇ ਤਹਿਤ ਤਲਵੰਡੀ ਸਾਬੋ ਪਾਵਰ ਪ੍ਰੋਜੈਕਟ, ਰਾਜਪੁਰਾ ਥਰਮਲ ਪਾਵਰ ਪਲਾਂਟ, ਗੋਇੰਦਵਾਲ ਸਾਹਿਬ ਪਾਵਰ ਪਲਾਂਟ ਲਗਾਏ ਗਏ। ਇਹ ਜਾਣਨਾ ਵੀ ਜ਼ਰੂਰੀ ਹੈ ਕਿ ਪੰਜਾਬ ਨੂੰ ਆਖਿਰਕਾਰ ਇਹਨਾਂ ਬਿਜਲੀ ਸਮਝੌਤਿਆਂ ਦੀ ਲੋੜ ਪਈ ਕਿਉਂ। ਅਸਲ ਵਿੱਚ ਪੰਜਾਬ ਵਿੱਚ ਸਾਲ 2000 ਤੋਂ ਲੈ ਕੇ 2010 ਤੱਕ ਜਿਸ ਤਰੀਕੇ ਨਾਲ ਬਿਜਲੀ ਦੀ ਖਪਤ ਵਧੀ, ਉਸ ਦੀ ਪੂਰਤੀ ਲਈ ਕੋਈ ਵੀ ਵਿਵਸਥਾ ਨਹੀਂ ਕੀਤੀ ਗਈ। ਇਸ ਕਰਕੇ ਅਕਾਲੀ ਬੀਜੇਪੀ ਸਰਕਾਰ ਨੇ ਨਿੱਜੀ ਕੰਪਨੀਆਂ ਤੋਂ ਬਿਜਲੀ ਲੈਣ ਦਾ ਫੈਸਲਾ ਕੀਤਾ। 2014 ਵਿੱਚ ਪਾਵਰ ਪਰਚੇਜ ਐਗਰੀਮੈਂਟ ਕੀਤੇ ਗਏ, ਇਹਨਾਂ ਦੀ ਮਿਆਦ 25 ਸਾਲ ਰੱਖੀ ਗਈ। ਇਹ ਪਾਵਰ ਪਰਚੇਜ ਐਗਰੀਮੈਂਟ ਜਿਹੜੇ ਨੇ, ਇਹਨਾਂ ਚ ਇੱਕ ਘਾਟ ਜਿਹੜੀ ਬਹੁਤ ਵੱਡੀ ਰਹਿ ਗਈ ਹੈ ਕਿ ਜਦੋਂ ਵੀ ਇਹ ਬੰਦ ਕਰਦੇ ਨੇ ਜਾਂ ਬੰਦ ਹੋ ਜਾਂਦਾ ਜਾਂ ਠੀਕ ਜਲਦੀ ਨਹੀਂ ਕਰਦੇ ਜਦੋਂ ਪੀਕ ਸੀਜ਼ਨ ਚ, ਤਾਂ ਕੋਈ ਪੀਨਲ ਕਲਾਜ਼ ਨਹੀਂ ਹੈ ਕਿ ਉਹਨਾਂ ਨੂੰ ਸਰਕਾਰ ਜਾਂ ਯੂਟੀਲਿਟੀ ਜਿਹੜੀ PSPCL ਹੈ ਉਸ ਤੇ ਕੋਈ ਪੀਨਲ ਕਲਾਜ਼ ਨਹੀਂ ਲਗਾ ਸਕਦੀ। ਇਸੇ ਕਰਕੇ ਤੁਹਾਡਾ ਜਿਹੜਾ ਮਾਰਚ ਦਾ ਬੰਦ ਪਿਆ ਉਹ ਜੁਲਾਈ ਤੱਕ ਵੀ ਨਹੀਂ ਚੱਲਿਆ। ਦੂਜਾ ਹੈ ਕਿ ਥੋੜਾ ਜਿਹਾ ਇੱਕ ਇਹ ਵੀ ਹੈ ਕਿ ਭਾਵੇਂ ਕੁਝ ਪੈਸੇ ਹੀ ਇਹ ਐਗਰੀਮੈਂਟ ਵਧਾ ਚੜਾ ਕੇ ਕੀਤਾ। ਤੀਜਾ ਇਹ ਕੋਈ ਸਾਰੇ ਪਾਵਰ ਪੁਆਇੰਟ ਜਿਹੜੇ ਬਿਡ ਮੋਡ 'ਚ ਨਹੀਂ ਹੋਏ, MOA 'ਚ ਵੀ ਹੋਏ, ਔਰ MOA 'ਚ ਜਿਹੜਾ ਸਕੋਪ ਹੁੰਦਾ ਹੈ ਇਨਫਲੂਐਂਸ ਹੋਣ ਦਾ ਅਤੇ ਇਨਫਲੂਐਂਸ ਕਰਨ ਦਾ। ਸੋ ਇਹ ਉਸ ਵੇਲੇ ਦੀ ਜਿਹੜੀ ਸਰਕਾਰ ਹੈ ਉਹ ਇਸ ਤੋਂ ਮੁਕਤ ਨਹੀਂ ਹੋ ਸਕਦੀ। ਚਲੋ ਮੰਨ ਲਿਆ ਉਹ ਸਰਕਾਰ ਨੇ 10 ਸਾਲ 2014 ਸਮਝੌਤਾ ਕਰ ਲਿਆ ਔਰ 2017 ਤੱਕ ਕੁਝ ਵੀ ਨਹੀਂ ਕੀਤਾ। ਹੁਣ ਜਦੋਂ ਤੁਹਾਡਾ 7 ਸਾਲ ਦਾ ਪੀਰੀਅਡ ਲੰਘ ਗਿਆ ਔਰ ਇੱਕ ਤੁਸੀਂ ਟਰਮਸ ਐਂਡ ਕੰਡੀਸ਼ਨਸ ਮੰਨ ਰਹੇ ਹੋ ਤੇ ਜੇ ਹੁਣ ਤੁਸੀਂ ਰੱਦ ਕਰਨ ਵਾਲੇ ਵੀ ਜਾਓਗੇ ਤਾਂ ਇਹ ਲਿਟੀਗੇਸ਼ਨ ਹੋਏਗੀ ਤੇ ਕੋਰਟ ਇਹ ਕਹੇਗੀ ਕਿ ਭਾਈ 7 ਸਾਲ ਤੁਸੀਂ ਸੁੱਤੇ ਪਏ ਸੀਗੇ। ਸਵਾਲ ਹੁਣ ਇਹ ਪੈਦਾ ਹੁੰਦਾ ਹੈ ਕਿ ਆਖਿਰਕਾਰ ਕੀ ਇਹਨਾਂ ਬਿਜਲੀ ਸਮਝੌਤਿਆਂ ਨੂੰ ਰੱਦ ਕੀਤਾ ਜਾ ਸਕਦਾ ਹੈ? ਜੇਕਰ ਹਾਂ ਤਾਂ ਕਿਸ ਬੁਨਿਆਦ ਉੱਤੇ? ਕਿਉਂਕਿ ਇਹਨਾਂ ਬਿਜਲੀ ਸਮਝੌਤਿਆਂ ਦੀ ਅਕਾਲੀ ਬੀਜੇਪੀ ਸਰਕਾਰ ਸਮੇਂ ਮਿਆਦ 25 ਸਾਲ ਰੱਖੀ ਗਈ ਸੀ। ਇਹਨਾਂ ਨੂੰ ਪੋਲੀਟੀਕਲ ਨੈਗੋਸ਼ੀਏਟ ਕਰਕੇ ਇਹਨਾਂ ਨੂੰ ਰੀਨੈਗੋਸ਼ੀਏਟ ਕੀਤਾ ਜਾ ਸਕਦਾ, ਇਹ ਡਿਸੀਜਨ ਵਨ। ਸੈਕੰਡ ਹੈ ਕਿ 3 ਸਾਲ ਦਾ ਇਹਨਾਂ ਨੂੰ ਖਰਚਾ ਦੇ ਕੇ ਜਿਹੜਾ ਇਹਨਾਂ ਦੇ ਫਿਕਸ ਚਾਰਜਿਸ ਤੇ ਬਾਕੀ ਦੇ ਹੁਣ 7 ਸਾਲ ਹੋਏ ਨੇ, 3 ਸਾਲ ਹੋਰ ਕਰਕੇ 10 ਸਾਲ, ਫਿਰ 15 ਸਾਲ ਦਾ ਜਿਹੜਾ ਉਹ ਬਚਾਇਆ ਜਾ ਸਕਦਾ ਹੈ। ਮੰਨ ਲਓ ਪੰਜਾਬ ਸਰਕਾਰ ਇਹਨਾਂ ਬਿਜਲੀ ਸਮਝੌਤਿਆਂ ਨੂੰ ਰੱਦ ਕਰ ਵੀ ਦਿੰਦੀ ਹੈ, ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਆਖਿਰਕਾਰ ਬਿਜਲੀ ਦੀ ਪੂਰਤੀ ਕਰੇਗਾ ਕਿਵੇਂ? ਭਾਵ ਬਦਲਵਾਂ ਪ੍ਰਬੰਧ ਪੰਜਾਬ ਕੋਲ ਕੀ ਹੋਵੇਗਾ? ਬਿਜਲੀ ਤਾਂ ਚਾਹੀਦੀ ਹੈ, ਜਿਵੇਂ ਦੇਖੋ 1% ਤਾਂ ਸਾਲ ਦੀ ਡਿਮਾਂਡ ਵੈਸੇ ਹੀ ਵੱਧ ਜਾਂਦੀ ਹੈ ਜੇ ਵਿਕਾਸ ਕਰਕੇ। ਦੂਜਾ
ਕੁਛ ਹੋਰ ਚੀਜ਼ਾਂ ਐਡ ਹੋ ਜਾਂਦੀਆਂ ਨੇ, ਮਤਲਬ ਸਾਨੂੰ ਇਹਨਾਂ ਤੋਂ ਪਾਵਰ ਸਪਲਾਈ ਮਿਲਦੀ ਹੈ ਉਹਦੇ, ਜਾਂ ਤਾਂ ਸੈਂਟਰਲ ਗ੍ਰਿਡ ਨਾਲ ਜਾਂ ਹੋਰ ਪਾਵਰ ਪਰਚੇਜ ਐਗਰੀਮੈਂਟ ਪਲਾਂਟ ਨਾ ਲਾ ਕੇ ਉਹਦਾ ਇੰਤਜ਼ਾਮ ਕਰ ਲਏ, ਜਾਂ ਤੁਹਾਡੇ ਜਿਹੜੇ ਆਪਣੇ ਪਬਲਿਕ ਸੈਕਟਰ ਦੇ ਪਲਾਂਟਸ ਨੇ, ਭਾਵੇਂ ਬਠਿੰਡਾ ਹੈ, ਲਹਿਰਾ ਮੁਹੱਬਤ ਹੈ, ਰੋਪੜ ਹੈ, ਇਹਨਾਂ ਨੇ 2017 'ਚ ਬਠਿੰਡੇ ਦੇ ਬੰਦ ਕੀਤੇ ਦੋ ਪਲਾਂਟ, 2017 'ਚ ਰੋਪੜ ਦੇ ਬੰਦ ਕੀਤੇ, ਪਤਾ ਨਹੀਂ ਕਿਸ ਸਿਆਣਪ 'ਚ ਕਰ ਲਏ। ਸੋ ਮੈਨੂੰ ਲੱਗਦਾ ਕਿ ਇਹ ਇਸ ਕਿਸਮ ਦੀ ਜਿਹੜੀ ਪੋਲਿਸੀ ਹੈ ਛੱਡਣ ਦੀ ਲੋੜ ਹੈ। ਸਰਕਾਰਾਂ ਨੂੰ ਲੋਕਾਂ ਵਾਸਤੇ, ਸਟੇਟ ਵਾਸਤੇ ਕੰਮ ਕਰਨਾ ਚਾਹੀਦਾ ਹੈ, ਨਾ ਕਿ ਕੰਪਨੀਆਂ ਵਾਸਤੇ ਕੰਮ। ਬਿਜਲੀ ਦੀ ਘਾਟ ਤਾਂ ਪੰਜਾਬ ਵਿੱਚ ਹੈ ਹੀ, ਨਾਲ ਹੀ ਇੱਥੇ ਬਿਜਲੀ ਦੂਜੇ ਸੂਬਿਆਂ ਦੇ ਮੁਕਾਬਲੇ ਮਹਿੰਗੀ ਵੀ ਹੈ। ਆਖਿਰਕਾਰ ਇਸ ਦੇ ਕਾਰਨ ਕੀ ਹਨ, ਇਹ ਵੀ ਜਾਣਨੇ ਜ਼ਰੂਰੀ ਨੇ। ਮਹਿੰਗੀ ਹੋਣ ਦਾ ਕਾਰਨ ਇਲੈਕਟ੍ਰਿਸਿਟੀ ਡਿਊਟੀ ਹੈ ਮੇਨ। ਇੱਕ ਤਾਂ ਇਹਨਾਂ ਨੂੰ ਜੋ ਪੇ ਕਰ ਰਹੇ ਉਹ ਹੈ ਤਾਂ ਹੈ ਹੀ ਹੈ, ਦੂਜਾ ਇਲੈਕਟ੍ਰਿਸਿਟੀ ਡਿਊਟੀ ਹੈ, ਤੀਜਾ ਇਹ ਹੈ ਕਿ ਜਦੋਂ ਇਹ ਕੰਪਨੀਆਂ ਲੋੜ ਵੇਲੇ ਨਹੀਂ ਸਪਲਾਈ ਕਰਦੀਆਂ ਤੇ ਜਦੋਂ ਮੌਕੇ ਤੇ ਸਾਨੂੰ ਖਰੀਦਣੀ ਪੈਂਦੀ ਬਿਜਲੀ, ਜਿਹੜੀ ਜਿਵੇਂ ਕਿ ਇਸ ਵਾਰੀ ਹੋਇਆ, ਉਹਨੂੰ ਕੀਮਤ ਵੱਧ ਦੇਣੀ ਪੈਂਦੀ ਹੈ, ਤੇ ਉਹਦਾ ਜਿਹੜਾ ਖਮਿਆਜਾ ਹੈ ਉਹ ਕੰਜ਼ਿਊਮਰਸ ਨੂੰ ਹੀ ਭੁਗਤਣਾ ਪੈਂਦਾ ਹੈ, ਕਿਉਂਕਿ ਜਿਹੜਾ ਐਗਰੀਕਲਚਰ ਸੈਕਟਰ ਨੂੰ ਤਾਂ ਬਿਜਲੀ ਚਾਹੀਏ, 8 ਘੰਟੇ ਚਾਹੀਦੀ, ਮੁਫ਼ਤ ਵੀ ਹੈ, ਝੋਨਾ ਝੋਨੇ ਦੀ ਲੋੜ ਵੀ ਹੈ। ਸੋ ਇਸ ਕਰਕੇ ਇਹ ਸਾਰਾ ਪ੍ਰੋਸੈਸ ਜਿਹੜਾ ਇੰਟਰਲਿੰਕਡ ਹੈ, ਜੁੜਿਆ ਹੋਇਆ,